ਕੱਲ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਮੈਂ ਆਪਣੀ ਫ੍ਰਿਜ ਨੂੰ ਡੀਪ ਕਲੀਨ ਕਿੱਦਾਂ ਕਰਦੀ ਆਂ ਐਂਡ ਗ੍ਰੋਸਰੀ ਨੂੰ ਕਿੱਦਾਂ ਆਰਗੇਨਾਈਜ਼ ਕਰਦੀ ਆਂ ਹਾਫ ਗ੍ਰੋਸਰੀ ਮੈਂ ਡਨ ਕਰ ਲਈ ਸੀ ਬਟ ਮੈਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਨਹੀਂ ਸੀ ਕੀਤਾ ਹੁਣ ਮੈਂ ਆਪਣੀ ਕਿਚਨ ਪੈਂਟਰੀ ਨੂੰ ਰੀਫਿਲ ਕਰੂੰਗੀ ਐਂਡ ਆਰਗੇਨਾਈਜ਼ ਕਰੂੰਗੀ ਐਂਡ ਤੁਹਾਡੇ ਨਾਲ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਗ੍ਰੋਸਰੀ ਦੇ ਵਿੱਚ ਮੈਂ ਪੈਂਟਰੀ ਲਈ ਬਹੁਤ ਕੁਝ ਲਿਆਇਆ ਸਭ ਤੋਂ ਪਹਿਲਾਂ ਪੈਂਟਰੀ ਨੂੰ ਥੋੜਾ ਜਿਹਾ ਅਮਚੀ ਕਰਦੇ ਆਂ ਐਂਡ ਟਾਈਡ ਅਪ ਕਲੀਨ ਕਰਕੇ ਫੇਰ ਮੈਂ ਰੀਫਿਲ ਕਰੂੰਗੀ ਸਾਰਾ ਕੁਝ ਕਿਚਨ ਪੈਂਟਰੀ ਨੂੰ ਮੈਂ ਕਰ ਲਿਆ ਐਮਟੀ ਐਂਡ ਇੱਥੇ ਮੈਂ ਲਾਈਨਰ ਲਗਾਉਂਦੀ ਆ ਹਮੇਸ਼ਾ ਇਹ ਮੈਂ ਤੁਹਾਨੂੰ ਆਪਣੀ ਕਿਚਨ ਪੈਂਟਰੀ ਦੀ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਆ ਸੋ ਐਂਡ ਦਿਸ ਵਨ ਇਹਦੇ ਨਾਲ ਕੀ ਹੁੰਦਾ ਆ ਕਿ ਫਿਰ ਤੁਹਾਡੇ ਜਿਹੜੇ ਆਰਗੇਨਾਈਜ਼ਰ ਹੁੰਦੇ ਨਾ 슬ਿੱਪ ਨਹੀਂ ਹੁੰਦੇ ਹੁਣ ਮੈਂ ਇੱਥੇ ਸਾਰੇ ਜਿੰਨੇ ਵੀ ਕ੍ਰੰਬਸ ਹੁੰਦੇ ਆ ਉਹਨਾਂ ਨੂੰ ਕਲੀਨ ਕਰੂੰਗੀ ਵਿਦ ਅ ਹੈਂਡ ਵੈਕਿਊਮ ਬੈਨਟਰੀ ਦੀ ਰੀਫਿਲ ਮੈਂ ਸ਼ਾਰਟਲੀ ਕਰਦੀਆਂ ਜਿਹੜੀਆਂ ਆਲਰੇਡੀ ਚੀਜ਼ਾਂ ਫਿਲਡ ਹੈਗੀਆਂ ਉਹਨਾਂ ਨੂੰ ਮੈਂ ਰੱਖ ਰਹੀਆਂ ਐਂਡ ਇਦਾਂ ਦੇ ਗਲਾਸ ਆਰਗੇਨਾਈਜ਼ਰਸ ਮੈਂ ਯੂਜ਼ ਕਰਦੀਆਂ इजीली ਤੁਹਾਨੂੰ ਹੋਮ ਸੈਂਸ ਤੋਂ ਮਿਲ ਜੂਗੇ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ ਔਰ ਯੂ ਕੈਨ ਫਾਈਂਡ ਔਨ ਐਮਾਜ਼ਨ ਤੁਸੀਂ ਹਮੇਸ਼ਾ ਮੈਨੂੰ ਲਿੰਕ ਪੁੱਛਦੇ ਰਹਿੰਦੇ ਆ ਹੁਣ ਮੈਂ ਆਪਣੀ ਕਿਚਨ ਪੈਂਟਰੀ ਦੀ ਬਹੁਤ ਸਾਰੀ ਗਰੋਸਰੀ ਨੂੰ ਰੀਫਿਲ ਕਰੂੰਗੀ ਐਂਡ ਕੁਝ ਚੀਜ਼ਾਂ ਆਰਗੇਨਾਈਜ਼ ਕਰੂੰਗੀ ਐਂਡ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਸ਼ੇਅਰ ਕਰੂੰਗੀ ਕਿ ਕਿੱਦਾਂ ਤੁਸੀਂ ਆਪਣੀ ਛੋਟੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰ ਸਕਦੇ ਆਂ ਐਂਡ ਕਿਹੜੇ ਕਿਹੜੇ ਆਰਗੇਨਾਈਜ਼ਰਸ ਮੈਂ ਯੂਜ਼ ਕਰਦੀ ਆਂ ਸੋ ਇਦਾਂ ਦੇ ਆਰਗੇਨਾਈਜ਼ਰ ਤੁਹਾਨੂੰ ਡਾਲਰ ਸਟੋਰ ਤੋਂ ਵੀ ਮਿਲ ਜਾਂਦੇ ਆ ਗਲਾਸ ਦੇ ਕੰਟੇਨਰਸ ਇਹ ਸਾਰੇ ਗਲਾਸ ਕੰਟੇਨਰ ਏ ਟਾਈਟ ਕੰਟੇਨਰਸ ਆ ਇਨਾਂ ਦੇ ਵਿੱਚ ਮੈਂ ਆਲ ਟਾਈਪ ਆਫ ਫਲਾਵਰਸ ਰੱਖਦੀ ਆ ਓਟ ਮੀਲ ਪੈਨਕੇਕ ਮਿਕਸ ਐਂਡ ਆਲਮੰਡ ਫਲਾਵਰ ਸੋ ਇਨਾਂ ਦੇ ਵਿੱਚ ਫੇਕਰਾਵ ਨਹੀਂ ਹੁੰਦੇ ਟਾਈਪ ਆਫ ਪਾਸਤਾ ਵੀ ਤੁਸੀਂ ਇਨਾਂ ਦੇ ਵਿੱਚ ਰੱਖ ਸਕਦੇ ਆ ਸੋ ਮੇਕ ਸ਼ੋਰ ਏ ਟਾਈਟ ਕੰਟੇਨਰਸ ਹੀ ਯੂਜ਼ ਕਰੋ ਅਨੀ ਟਾਈਪ ਆਫ ਲਾਜ਼ਾਨੀਆ ਔਰ ਸਬਗੇਰੀ ਜਦੋਂ ਵੀ ਤੁਸੀਂ ਰੀਫਿਲ ਕਰਦੇ ਨਾ ਤਾਂ ਪੂਰਾ ਬਾਕਸ ਵਿੱਚ ਪਾ ਲਓ ਤੇ ਫਿਰ ਉਹ ਦੇ ਨਾਲ ਪੀਸੇ ਟੁੱਟਦੇ ਨਹੀਂ ਹੈਗੇ ਸਾਰੇ ਤਰ੍ਹਾਂ ਦੇ ਡਰਾਈ ਫਰੂਟਸ ਰੱਖਣ ਨੂੰ ਐਂਡ ਦਾੜਾ ਨੂੰ ਰੱਖਣ ਲਈ ਮੈਂ ਐਦਾਂ ਦੇ ਆਰਗੇਨਾਈਜ਼ਰਸ ਯੂਜ਼ ਕਰਦੀ ਆ ਇਹ ਏਅਰ ਟਾਈਟ ਕੰਟੇਨਰਸ ਆ ਮੈਂ ਕੋਸਕੋ ਤੋਂ ਲੈ ਸੀ ਆਕਸੋ ਦੇ ਆ ਥਿਸ ਇਜ਼ ਰੀਲੀ ਰੀਲੀ ਗੁੱਡ ਹੁਣ ਮੈਂ ਨਾਲੋ ਨਾਲ ਰੀਫਿਲ ਕਰ ਰਹੀ ਆ ਜਿਹੜੀ ਜਿਹੜੀ ਚੀਜ਼ ਰੀਫਿਲ ਕਰਨ ਵਾਲੀ ਆ ਐਂਡ ਨਾਲੋ ਨਾਲ ਮੈਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰ ਰਹੀ ਆ ऑल पर्पस फ्लावर एंड एनी टाइप ऑफ फ्लावर्स ਮੈਂ ਇਦਾਂ ਦੇ ਗਲਾਸ ਕੰਟੇਨਰਸ ਵਿੱਚ ਹੀ ਰੱਖ ਰਹੀ ਜਦੋਂ ਮੈਂ ਸ਼ਾਰਟਲੀ ਤੁਹਾਨੂੰ ਸ਼ੇਅਰ ਕੀਤਾ ਹੀ ਹੈਗਾ ਇਹਦੇ ਵਿੱਚ ਰੱਖਣ ਦਾ ਇਹ ਫਾਇਦਾ ਹੁੰਦਾ ਜਿੰਨੇ ਵੀ ਟਾਈਟ ਕੰਟੇਨਰਸ ਹੁੰਦੇ ਆ ਨਾ ਉਹਨਾਂ ਦੇ ਵਿੱਚ ਫੇ ਕੋਈ ਵੀ ਚੀਜ਼ ਖਰਾਬ ਨਹੀਂ ਹੁੰਦੀ ਤੁਸੀਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰਨ ਦੇ ਲਈ ਰੀਸਾਈਕਲ ਦੀਆਂ ਬੋਟਲਸ ਯੂਜ਼ ਕਰ ਸਕਦੇ ਆ ਲਾਈਕ ਪੀਜ਼ਾ ਐਂਡ ਪਾਸਤਾ ਦੀ ਸੌਸ ਵਾਲੀਆਂ ਬੋਟਲਸ ਹੁੰਦੀਆਂ ਗਲਾਸ ਦੀਆਂ ਉਹਨਾਂ ਤੋਂ ਸਟਾਰਟ ਕਰ ਸਕਦੇ ਆ ਆਈ ਆਲਵੇਜ਼ ਯੂਜ਼ दैट ਜਦੋਂ ਮੈਂ ਨਵਾਂ ਨਵਾਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰਨਾ ਸਿੱਖਿਆ ਸੀਗਾ ਲਾਈਕ ਐਟਨੀਆਂ ਸਟਿਲ ਬੋਟਲਸ ਆਈ ਲਾਈਕ ਟੂ ਯੂਜ਼ ਸੋ ਇਦਾਂ ਤੁਸੀਂ ਲਰਨ ਕਰਦੇ ਆ ਸੋ ਹਰ ਚੀਜ਼ ਵੀ ਆਰਗੇਨਾਈਜ਼ ਹੋ ਜਾਂਦੀ ਆ ਐਂਡ ਅਫੋਰਡੇਬਲ ਹੁੰਦਾ ਘਰੋਂ ਹੀ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਆ ਇਹ ਆਰਗੇਨਾਈਜ਼ਰ ਮੈਂ ਵਾਰ ਮੈਟਰੀਅਲ ਹੈ ਸੀ ਇਹ ਵੀ 88 ਕੰਟੇਨਰਸ ਆ ਚਲੋ ਹੁਣ ਅਦਰ ਲੈਫਟਓਵਰ ਚੀਜ਼ਾਂ ਨੂੰ ਮੈਂ ਰੀਫਿਲ ਕਰਦੀਆਂ ਐਂਡ ਆਰਗੇਨਾਈਜ਼ ਕਰਦੀਆਂ ਮੈਂ ਆਪਣੀ ਕਿਚਨ ਪੈਂਟਰੀ ਦੀ ਹਰ ਇੱਕ ਚੀਜ਼ ਨੂੰ ਡੱਬੇ ਦੇ ਵਿੱਚ ਪਾ ਕੇ ਰੱਖਦੀਆਂ ਚਾਹੇ ਮੈਨੂੰ ਰੀਸਾਈਕਲ ਦਾ ਡੱਬਾ ਕਿਉਂ ਨਾ ਯੂਜ਼ ਕਰਨਾ ਪਵੇ ਮੈਂ ਕਦੀ ਵੀ ਪੈਕੇਜਿੰਗ ਦੇ ਵਿੱਚ ਚੀਜ਼ਾਂ ਹੋਲਡ ਕਰਕੇ ਨਹੀਂ ਰੱਖਦੀ ਹੈਗੀ ਸੋ ਇਹਦੇ ਨਾਲ ਫਿਰ ਤੁਹਾਡੀ ਕਿਚਨ ਪੈਂਟਰੀ ਆਰਗੇਨਾਈਜ਼ ਰਹਿੰਦੀ ਹੈ ਸੋ ਆਈ ਹੋਪ ਯੂ ਲਾਈਕ ਟਿਪ ਸੋ ਹੁਣ ਮੈਂ ਕਰੂੰਗੀ ਆਪਣੇ ਮਸਾਲੇਦਾਨੀ ਨੂੰ ਕਲੀਨ ਐਂਡ ਮੇਰੇ ਕੋਲ ਐਕਚੁਅਲੀ ਦੋ ਆ ਇਹਨਾਂ ਨੂੰ ਮੈਂ ਰੀਫਿਲ ਕਰਦੀ ਜੰਨੀ ਆ ਵੀਕ ਚ ਸਮ ਟਾਈਮ ਇੱਕ ਵਾਰ ਜਾਂ ਦੋ ਵਾਰ ਜਦੋਂ ਵੀ ਖਾਲੀ ਹੋ ਜਵੇ ਐਂਡ ਚੰ ਤਾਂ ਦੇ ਤੁਹਾਨੂੰ ਇੰਡੀਅਨ ਸਟੋਰਸ ਤੋਂ ਜਿਹੜੇ ਏਸ਼ੀਅਨ ਸਟੋਰਸ ਹੁੰਦੇ ਗ੍ਰੋਸਰੀ ਵਾਲੇ ਉੱਥੋਂ ਮਿਲ ਜਾਂਦੇ ਆ ਸੋ ਇਹਦੇ ਵਿੱਚ ਤੁਸੀਂ ਪਾ ਕੇ ਰੱਖ ਸਕਦੇ ਮੇਰੇ ਚ ਸਾਲਟ ਨਹੀਂ ਪਾਉਂਦੀ ਜਸਟ ਮਸਾਲੇ ਸੋ ਇਹਨਾਂ ਨੂੰ ਰੀਫਿਲ ਕਰਦੀ ਰਹੀ ਆ ਐਂਡ ਰੀਫਿਲ ਕਰਦੀ ਮੈਂ ਦੇਖਿਆ ਮੇਰੀ ਹਲਦੀ ਮੁੱਕ ਗਈ ਆ ਐਂਡ ਕੁਝ ਮਸਾਲੇ ਐਂਡ ਮੈਨੂੰ ਜਾਣਾ ਪੈਣਾ ਸਟੋਰ ਸੋ ਜਿੰਨਾ ਵੀ ਹੈਗਾ ਉਹਨੂੰ ਰੀਫਿਲ ਕਰ ਲੰਨੇ ਆ ਹੈਂਡਫੇਅਰ ਜਾਣੇ ਆ ਸਟੋਰ ਐਂਡ ਸਟੋਰ ਤੋਂ ਲੈ ਕੇ ਆਣੇ ਆ ਐਂਡ ਕੈਂਡ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਮਸਾਲੇ ਦਾਣਾ ਸਭ ਕੁਝ ਮਿਲ ਜਾਂਦਾ ਤੁਹਾਨੂੰ ਕਿਸੇ ਵੀ ਚੀਜ਼ ਦੀ ਵਰੀ ਹੋਣ ਦੀ ਲੋੜ ਨਹੀਂ ਜੇ ਤੁਸੀਂ ਇੰਡੀਆ ਤੋਂ ਨਵੇਂ-ਨਵੇਂ ਆ ਰਹੇ ਆ ਸੋ ਕੁਝ ਲੈ ਕੇ ਨਾ ਆਓ ਇੱਥੋਂ ਸਾਰਾ ਕੁਝ ਮਿਲ ਜਾਂਦਾ ਆ ਇੱਕ ਮੈਂ ਆਰਗੇਨਾਈਜ਼ਰ ਐਵਰੀਡੇ ਮਸਾਲੇ ਲਈ ਬਣਾਇਆ ਐਂਡ ਇੱਕ ਜਿਹੜੇ ਸਾਫਤੇ ਮਸਾਲੇ ਹੁੰਦੇ ਆ ਉਹਦੇ ਲਈ ਵੀ ਮੈਂ ਇਦਾਂ ਦਾ ਆਰਗੇਨਾਈਜ਼ਰ ਹੀ ਯੂਜ਼ ਕਰਦੀ ਆ ਸੋ ਈਜ਼ੀਲੀ ਫਿਰ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਦਿਖਦੀਆਂ ਐਂਡ ਯੂਜ਼ ਕਰਦੇ ਤੁਸੀਂ ਰਾਈਟ ਐਂਡ ਜਿਹੜੀ ਰੀਫਿਲ ਕਰਨੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਮੈਂ ਅਨਦਰ ਕੰਟੇਨਰਸ ਦੇ ਵਿੱਚ ਪੈਕ ਕਰ ਲੈਂਦੀ ਆ ਉਹ ਵੀ ਸ਼ਾਰਟਲੀ ਸ਼ੇਅਰ ਕਰਦੀ ਆ ਤੁਹਾਡੇ ਨਾਲ ਬਿਟਵੀਨ ਕਿਚਨ ਪੈਂਟਰੀ ਆਰਗੇਨਾਈਜ਼ੇਸ਼ਨ ਮੈਨੂੰ ਸਟੋਰ ਜਾਣਾ ਪਿਆ ਸੋ ਹੁਣ ਮੈਂ ਕਿੰਨੇ ਸਾਰੇ ਮਸਾਲੇ ਲੈ ਆਂਦੇ ਆ ਸੋ ਇਹਨਾਂ ਦੀ ਵੱਡੀ ਪੈਕਿੰਗ ਹੁੰਦੀ ਹੈ ਉਹਨਾਂ ਨੂੰ ਮੈਂ ਇਦਾਂ ਵੱਡੀਆਂ ਬੋਟਲਸ ਦੇ ਜਿਹੜੇ ਡੇਲੀ ਯੂਸਸ ਵਾਲੇ ਹੁੰਦੇ ਆ ਫਿਰ ਉਹਨਾਂ ਦੇ ਵਿੱਚ ਮੈਂ ਇਹਨਾਂ ਨੂੰ ਰੀਫਿਲ ਕਰ ਲੈਂਦੀ ਆ ਹੁਣ ਮੈਂ ਜਲਦੀ ਦੇ ਨਾਲ ਇਹ ਸਾਰੇ ਇੰਡੀਅਨ ਮਸਾਲੇ ਜਿਹੜੇ ਹੁੰਦੇ ਇਹਨਾਂ ਨੂੰ ਰੀਫਿਲ ਕਰ ਲੈਂਦੀ ਆ ਆਰਗੇਨਾਈਜ਼ ਕਰ ਲੈਂਦੀ ਆ ਐਂਡ ਹੋਰ ਬਹੁਤ ਸਾਰੇ ਤੁਹਾਡੇ ਨਾਲ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਦੀ ਆ ਮਸਾਲੇ ਨੂੰ ਰੱਖਣ ਲਈ ਇਦਾਂ ਦੇ ਆਰਗੇਨਾਈਜ਼ਰ ਯੂਜ਼ ਕਰਦੀਆਂ ਤੇ ਇਹਨਾਂ ਨੂੰ ਰੱਖਣ ਲਈ ਇਹ ਆਰਗੇਨਾਈਜ਼ਰ ਤੁਸੀਂ ਡਾਲਰ ਸਟੋਰ ਤੋਂ ਲੈ ਸਕਦੇ ਆਂ ਤੇ ਮੈਂ ਤੁਹਾਨੂੰ ਸ਼ੇਅਰ ਕੀਤਾ ਕਿ ਮੈਂ ਹਰ ਇੱਕ ਚੀਜ਼ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆਂ ਇਹ ਰੋਜ਼ ਮੇਰੀ ਸੀ ਇਹਦੀ ਕੋਈ ਬੋਟਲ ਨਹੀਂ ਸੀ ਮੇਰੇ ਕੋਲ ਖਾਈਨ ਪੇਪਰ ਦੀ ਇੱਕ ਬੋਟਲ ਸੀ ਮੈਂ ਉਹਦੇ ਵਿੱਚ ਉਹਨੂੰ ਪਾ ਕੇ ਰੱਖ ਦਿੱਤਾ ਤੁਸੀਂ ਉਹਦੇ ਉੱਪਰ ਲੇਬਲਸ ਲਗਾ ਲਓ ਰਾਈਟ ਆਪਣੇ ਅਕੋਰਡਿੰਗ ਸੋ ਟੀ ਬੈਗਸ ਨੂੰ ਰੱਖਣ ਲਈ ਵੀ ਮੈਂ ਇਦਾਂ ਦਾ ਆਰਗੇਨਾਈਜ਼ਰ ਯੂਜ਼ ਕਰਦੀ ਆਂ ਜਿੱਤੇ ਤੁਸੀਂ ਟੀ ਬੈਗ ਗ੍ਰੀਨ ਟੀ ਬੈਗਸ ਐਨੀ ਟਾਈਪ ਆਫ ਬੈਗਸ ਰੱਖ ਸਕਦੇ ਆਂ ਵਿਜ਼ੀਬਲ ਹੁੰਦੇ ਆ ਕਲੀਅਰ ਹ ਕੋਸ਼ੀ ਇਹ ਰੀ ਐਕਸਟਰਾ ਗ੍ਰੋਸਰੀ ਹੁੰਦੀ ਉਹਨਾਂ ਨੂੰ ਮੈਂ ਇਦਾਂ ਦੇ ਕਲੀਅਰ ਬਾਕਸੇਸ ਦੇ ਵਿੱਚ ਪੈਕ ਰੱਖਦੀ ਆਂ ਐਂਡ ਇਦਾਂ ਦੀਆਂ ਬਾਸਕਟਸ ਤੋਂ ਉਹਨਾਂ ਡਾਲਰ ਸਟੋਰ ਤੋਂ ਮਿਲ ਜਾਂਦੀਆਂ ਐਂਡ ਇਦਾਂ ਦੇ ਆਰਗੇਨਾਈਜ਼ਰਸ ਮੈਂ ਆਪਣੇ ਡੋਰ ਤੇ ਯੂਜ਼ ਕਰਦੀ ਆਂ ਵੀ ਰੀਅਲੀ ਯੂਸਫੁਲ ਆ ਕਿਚਨ ਪੈਂਟਰੀ ਦੀ ਵੀਡੀਓ ਦੇ ਵਿੱਚ ਇਹਨੂੰ ਡਿਟੇਲ ਨਾਲ ਚੈੱਕ ਕਰ ਲਿਓ ਸੋ ਸੋ ਫਾਰ ਮੈਂ ਆਪਣੀ ਕਿਚਨ ਪੈਂਟਰੀ ਨੂੰ ਐਦਾ ਆਰਗੇਨਾਈਜ਼ ਕੀਤਾ ਹੈ ਸਾਰੇ ਆਰਗੇਨਾਈਜ਼ਰ ਤੁਹਾਨੂੰ ਕੋਸਕੋ ਤੋਂ ਮਿਲ ਜੋਗੇ ਆਵੜੇ ਆਰਗੇਨਾਈਜ਼ਰ ਡਾਲਰ ਸਟੋਰ ਤੋਂ ਐਂਡ ਹੋਮ ਸੈਂਸ ਤੋਂ ਮਿਲ ਜੋਗੇ ਗਲਾਸ ਦੇ ਆਰਗੇਨਾਈਜ਼ਰ ਰੀਲੀ ਰੀਲੀ ਗੁੱਡ ਹੁੰਦੇ ਆ ਮੈਂ ਮੋਸਟਲੀ ਗਲਾਸ ਵਾਲੇ ਹੀ ਯੂਜ਼ ਕਰਦੀ ਆ ਐਂਡ ਥੱਲੇ ਵੀ ਕੁਝ ਹੈਗਾ ਜਿਹੜੇ ਤੁਹਾਨੂੰ ਵਾਲਮਾਰਟ ਤੋਂ ਮਿਲ ਜੋਗੇ ਐਂਡ ਸੋ ਫਾਰ ਐਦਾ ਤੁਸੀਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰ ਸਕਦੇ ਜੇ ਤੁਹਾਡੇ ਕੋਲ ਕਿਚਨ ਪੈਂਟਰੀ ਨਹੀਂ ਹੈਗੀ ਤਾਂ ਇੱਕ ਵੀਡੀਓ ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਕਿ ਤੁਸੀਂ ਕੈਬਿਨੇਟਸ ਨੂੰ ਆਪਣੀ ਕਿਚਨ ਪੈਂਟਰੀ ਬਣਾ ਸਕਦੇ ਆ ਸੋ ਉਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਐਂਡ ਡੀਟੇਲ ਦੇ ਵਿੱਚ ਮੈਂ ਇੱਕ ਕਿਚਨ ਪੈਂਟਰੀ ਦੀ ਵੀਡੀਓ ਬਣਾਈ ਹੈ ਜਿਹਦੇ ਵਿੱਚ A ਤੋਂ Z ਮੈਂ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਉਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਤਾਂ ਲਿੰਕ ਇਨ ਮਾਈ ਡਿਸਕ੍ਰਿਪਸ਼ਨ ਬਾਕਸ ਡਾਊਨ ਬਲੋ ओके गाइस किचन पैंट्री ਨੂੰ ਮੈਂ ਆਰਗੇਨਾਈਜ਼ ਕਰ ਲਿਆ ਐਕਚੁਅਲੀ ਐਵਰੀ ਵੀਕ ਹੀ ਮੈਂ ਆਪਣੀ ਕਿਚਨ ਪੈਂਟਰੀ ਨੂੰ ਆਰਗੇਨਾਈਜ਼ ਕਰਦੀ ਰਹਿੰਦੀ ਨਹੀਂ ਕਲੀਨ ਕਰਦੀ ਰਹਿੰਦੀ ਉਹਦੇ ਨਾਲ ਫਿਰ ਜਿੰਨਾ ਵੀ ਕਲਟਰ ਹੁੰਦਾ ਉਹ ਨਿਕਲਦਾ ਰਹਿੰਦਾ ਐਂਡ ਤੁਹਾਡੀ ਜਿਹੜੀ ਕਿਚਨ ਪੈਂਟਰੀ ਆਰਗੇਨਾਈਜ਼ ਰਹਿੰਦੀ ਆ ਸੋ ਐਨੀਵੇ ਹੁਣ ਮੈਂ ਬਣਾਉਂਗੀ ਕੁਇਕ ਡਿਨਰ ਡਿਨਰ ਬਣਾਉਣ ਤੋਂ ਪਹਿਲਾਂ ਸਾਰਾ ਮੈਸ ਕਲੀਨ ਕਰੂੰਗੀ ਆਪਣੇ ਕਾਊਂਟਰ ਟਾਪਸ ਤੋਂ ਕਿਉਂਕਿ ਹੁਣੇ ਮੈਂ ਇੱਥੇ ਰੀਫਿਲ ਕੀਤਾ ਸਾਰਾ ਕੁਝ ਬਹੁਤ ਕੁਝ ਡਿੱਗ ਜਾਂਦਾ ਕੈਮਰੇ ਦੇ ਚੱਕਰ ਦੇ ਵਿੱਚ ਸੋ ਇਸ ਕਰਕੇ ਪਲੀਜ਼ ਸਪੋਰਟ ਕਰਿਆ ਕਰੋ ਜੇ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆ ਫਰਸਟ ਵੈਲਕਮ ਟੂ ਮਾਈ explore ਕਰ ਸਕਦੇ ਆ ਮੈਂ ਹਰ ਇੱਕ ਤਰ੍ਹਾਂ ਦੀਆਂ ਵੀਡੀਓਜ਼ ਆਪਣੇ ਚੈਨਲ ਤੇ ਸ਼ੇਅਰ ਕਰਦੀ ਆ ਐਂਡ ਜੇ ਤੁਸੀਂ ਹਜੇ ਤੱਕ ਮੇਰੇ ਸ਼ਾਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੈਨੂੰ ਸਪੋਰਟ ਕਰਨ ਲਈ ਮੇਰੇ ਸ਼ਾਹਨਾਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਂਡ ਅਦਰ ਵੀਡੀਓਜ਼ ਨੂੰ ਚੈੱਕ ਕਰ ਲਿਓ ਲਿੰਕ ਇਨ ਮਾਈ ਡਿਸਕ੍ਰਿਪਸ਼ਨ ਬਾਕਸ ਟਾਉਨ ਬਲੋ ਔਨ ਮਾਈ ਫਾਇਰਪਲੇਸ ਨੂੰ ਔਨ ਕਰ ਲਿਆ ਚਲੋ ਹੁਣ ਬਣਾਉਂਦੇ ਆ ਡਿਨਰ ਫੈਟਾਚੀਨੀ ਨੂੰ ਮੈਂ ਇੱਕ ਸਾਈਡ ਤੇ ਬੋਇਲ ਕਰਨ ਲਈ ਰੱਖ ਦਿੱਤਾ ਜਿਸ ਮੈਂ ਥੋੜਾ ਜਿਹਾ ਸਾਲਟ ਐਂਡ ਅ ਲिटल ਬੀਟ ਆਇਲ ਪਾਣ ਦੀ ਆ ਇੱਕ ਦੇ ਪੈਨ ਦੇ ਵਿੱਚ ਮੈਂ ਥੋੜਾ ਜਿਹਾ 올ਿਵ ਆਇ ਇਹਨਾਂ ਉਹਦੇ ਵਿੱਚ ਮੈਂ ਹਰ ਇੱਕ ਤਰ੍ਹਾਂ ਦੀਆਂ ਵੈਜੀਟੇਬਲਸ ਯੂਜ਼ ਕਰਦੀਆਂ ਜੇ ਤੁਸੀਂ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਆ ਬਟ ਮੈਂ ਤਾਂ ਹਰ ਇੱਕ ਚੀਜ਼ੇ ਵਿੱਚ ਵੈਜੀਟੇਬਲਸ ਐਡ ਕਰਦੀਆਂ ਜਿਹਦੇ ਨਾਲ ਬੱਚੇ ਖਾ ਲੈਂਦੇ इजीली ਰਾਈਟ ਸੋ ਸਭ ਤੋਂ ਪਹਿਲੇ ਮੈਂ ਪੈਪਰਸ ਆਨions ਐਂਡ ਮਸ਼ਰੂਮ ਇਹਨਾਂ ਨੂੰ ਪਕਾ ਕੇ ਫਿਰ ਸੌਸ ਰੈਡੀ ਕਰੂੰਗੀ ਸਾਈਡ ਤੇ विद द वेजिटेबल ਮੈਂ ਬਹੁਤ ਸਾਰੇ ਹਰਬਸ ਯੂਜ਼ ਕਰਦੀ ਆਂ ਐਂਡ ਉਹਦੇ ਨਾਲ گارਲਿਕ ਪਾਊਡਰ ਐਂਡ ਆਨੀਅਨ ਪਾਊਡਰ ਐਂਡ ਇਹ ਮੇਰੀ ਸੀਕ੍ਰੀਟ ਕਰੀਮ ਐਂਡ ਅਲਫਰੈਡੋ ਵਾਈਟ ਸੌਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਮੈਂ ਪਕਾਉਂਦੀ ਆਂ ਐਂਡ ਫਿਰ ਤੁਸੀਂ ਪਾਸਟਾ ਇਹਦੇ ਵਿੱਚ ਜਿਹੜੀ ਫੈਟਾ ਚੀਨੀ ਆ ਉਹਨੂੰ ਤੁਸੀਂ ਡਾਇਰੈਕਟ ਵੀ ਇਹਦੇ ਵਿੱਚ ਪਾ ਸਕਦੇ ਆਂ ਔਰ ਬੌਲ ਦੇ ਵਿੱਚ ਸਰਵ ਕਰਕੇ ਸੌਸ ਨਾਲ ਟੌਪ ਵੀ ਐਡ ਕਰ ਸਕਦੇ ਆਂ ਸੋ ਬਸ ਉਹ ਵੀ ਬੋਇਲ ਹੋ ਰਹੀ ਆ ਨਾਲ ਨਾਲ ਐਂਡ ਸੌਸ ਵੀ ਰੈਡੀ ਹੋ ਗਿਆ ਐਂਡ ਵਾਂਸ ਅਗੇਨ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਡੋਟ ਫੋਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ ਲਾਈਕ ਥਿਸ ਵੀਡੀਓ ਐਂਡ ਸ਼ੇਅਰ ਥਿਸ ਵੀਡੀਓ ओके गाइस डिनर रेडी हो गया है एंड मैं होप कर रही है कि थोनो आज दी वीडियो चंगी लगी होगी एंड जे तुसी नਵੇਂ ਆ ਮੇਰੇ ਚੈਨਲ ਤੇ ਵੈਲਕਮ ਟੂ ਮਾਈ ਚੈਨਲ ਤੁਸੀਂ ਵੀਡੀਓਜ਼ ਨੂੰ ਦੇਖਦੇ ਆ ਲਾਈਕ ਕਰਦੇ ਆ थैंक यू सो मच एंड ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬਹੁਤ سارے ਇਦਾਂ ਦੇ ਈ ਵਿਊਜ਼ ਆਉਂਦੇ ਆ ਜਿਹੜੇ ਵਿਦਆਊਟ ਚੈਨਲ ਨੂੰ ਸਬਸਕ੍ਰਾਈਬ ਕੀਤੇ ਮੇਰੀ ਵੀਡੀਓਜ਼ ਨੂੰ ਵਾਚ ਕਰਦੇ ਆ ਮੈਂ ਰਿਕਵੈਸਟ ਕਰਦੀ ਆ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਵੀਡੀਓਜ਼ ਮਿਲੂਗੀਆਂ ਉਹਦੇ ਨਾਲ ਮੈਨੂੰ ਸਪੋਰਟ ਹੋਗੀ ਸੋ ਗਾਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਂਡ ਜੇ ਤੁਸੀਂ ਮੇਰੀ ਡੈਕੋਰੇਸ਼ਨ ਦੀ ਵੀਡੀਓ ਨਹੀਂ ਦੇਖੀ ਜਿਹੜੀ ਮੈਂ ਕ੍ਰਿਸਮਸ ਲਈ ਕੀਤੀ ਸੀ ਇਸ ਵੀਡੀਓ ਨੂੰ ਜਰੂਰ ਚੈੱਕ ਕਰੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਸ਼ੇਅਰ ਕੀਤੇ ਆ ਕਿੰਕੀ ਦਸੀ ਫੋਰਵਰ ਚੀਜਾਂ ਨੂੰ ਲੈ ਕੇ DIY ਕਰਕੇ ਆਪਣੇ ਘਰ ਨੂੰ ਡੈਕੋਰੇਟ ਕਰ ਸਕਦੇ ਹੋ ਸੋ ਡੋਨਟ ਫੋਰਗੇਟ ਟੂ ਚੈੱਕ ਆਊਟ दैट ਵੀਡੀਓ ਐਂਡ ਜੇ ਤੁਸੀਂ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਹੌਨ ਮਿਲੂੰਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ ਹੰਟਰ ਲੈਨ ਟੇਕ ਕੇ ਗਾਇਜ਼ ਲਵ ਯੂ ਐਂਡ ਬਾਏ ਗਾਇਜ਼ ਐਂਡ ਆਪਣਾ ਧਿਆਨ ਰੱਖਿਓ ਖੁਸ਼ ਰਹੋ ਐਂਡ ਥੈਂਕਸ ਫਾਰ ਵਾਚਿੰਗ ਦਿਸ ਵੀਡੀਓ